Hello everyone, we will discuss about the topic of retail, in retail, organized and unorganized retail. Distinguish between organized and unorganized retail. Sab to pehlo, pyare vidyarthiyo, tuhanu pata hovega ki retail kisnu kiha janda hai. Retail nu Punjabi vich organized yani ki parchoon kiha janda hai. According to Philip Kotler, retailing include all the activity involved in selling goods or services directly to final consumer for personal non-business use. In other words, retailing in the sale of goods and services to the ultimate consumer for personal, family or household uses. Jivein ki Kotler de anusar, parchoon ਉਹ ਸਾਰੀਆਂ ਚੀਜ਼ਾਂ ਉਹ ਸਾਰੀ ਸਰਵਿਸ ਸੈਕਟਰ ਦੇ ਵਿੱਚ ਜਿੱਥੋਂ ਅਸੀਂ ਕੋਈ ਵੀ ਦੁਕਾਨ ਤੋਂ ਸਿੱਧੀਆਂ ਚੀਜ਼ਾਂ ਖਰੀਦ ਸਕਦੇ ਹਾਂ ਜਿਵੇਂ ਕਿ ਆਪਣੇ ਘਰ ਦੇ ਘਰੇਲੂ ਉਤਪਾਦ ਕੋਈ ਵੀ ਸਥਾਨ ਕੋਈ ਸਮੇਂ ਕਿਸੇ ਵੀ ਸਥਾਨ ਤੋਂ ਅਸੀਂ ਲੈ ਸਕਦੇ ਹਾਂ ਜਿਸ ਵਿੱਚ ਸਾਨੂੰ ਕੋਈ ਵੀ ਚੀਜ਼ ਕੋਈ ਵੀ ਸਧਾਰਨ ਥਾਂ ਤੋਂ ਵੀ ਲੈ ਸਕਦੇ ਹਾਂ ਕੋਈ ਵੀ ਫੈਮਿਲੀ ਪਰਪਜ਼ ਦੇ ਅਨੁਸਾਰ ਫਿਰ ਆਉਂਦੇ ਹਾਂ ਅਸੀਂ ਔਰਗਨਾਈਜ਼ ਅਤੇ ਅਨਔਰਗਨਾਈਜ਼ ਰਿਟੇਲ ਦੇ ਵਿੱਚ ਔਰਗਨਾਈਜ਼ ਨੂੰ ਸੰਗਠਿਤ ਪ੍ਰਚੂਨ ਕਹਿੰਦੇ ਹਾਂ ਅਤੇ ਅਨਔਰਗਨਾਈਜ਼ ਰਿਟੇਲ ਨੂੰ ਗੈਰ ਸੰਗਠਿਤ ਪ੍ਰਚੂਨ ਕਹਿੰਦੇ ਹਾਂ ਔਰਗਨਾਈਜ਼ ਰਿਟੇਲਿੰਗ ਰੈਫਰਸ ਟੂ ਦੀ ਟ੍ਰੇਡਿੰਗ ਐਕਟੀਵਿਟੀ ਅੰਡਰਟੇਕਿੰਗ ਬਾਈ ਦੀ ਲਾਈਸੈਂਸ ਰਿਟੇਲਰ ਦੈਟ ਲਾਈਸ ਦੋਜ ਹੂ ਆਰ ਰਜਿਸਟਰਡ ਫਰੋਮ ਸੇਲਸ ਟੈਕਸ ਇਨਕਮ ਟੈਕਸ ETC ਦੀਜ ਇਨਕਲੂਡ ਫੋਰ ਦੀ corporate backed hypermarket and retail chain and also the private owned large retail businesses jivein ki gair sangathit parchoon de vich oh sariyan dukana aa jandiyan han jivein ki tusi chitr vich banaye dekh rahe ho jivein ki spencer big bazaar is de vich tusi koi bhi cheez apne ghar de gharelu utpad layi gharelu zaroorataan layi assi le sakde han ਪਰ ਇਹ ਸਾਰੀਆਂ ਦੁਕਾਨਾਂ ਕਿਸੇ ਇੱਕ ਸੰਸਥਾ ਦੇ ਅੰਦਰ ਆਉਂਦੀਆਂ ਹਨ ਜਿਸ ਵਿੱਚ ਉਹ ਸਾਰੇ ਟੈਕਸ ਵੀ ਇਨਕਲੂਡ ਹੁੰਦੇ ਹਨ ਅਤੇ ਹੋਰ ਵੀ ਸਾਰੀਆਂ ਜੋ ਵੀ ਸਰਕਾਰੀ ਹਦਾਇਤਾਂ ਹੁੰਦੀਆਂ ਹਨ ਉਹ ਸਾਰੀਆਂ ਹੀ ਮੌਜੂਦ ਹੁੰਦੀਆਂ ਹਨ ਜਿਸ ਨੂੰ ਕੀ ਕਹਿੰਦੇ ਹਨ ਸੰਗਠਿਤ ਪ੍ਰਚੂਨ ਕਹਿੰਦੇ ਹਾਂ ਫਿਰ ਆਉਂਦਾ ਹੈ ਆਰਗਨਾਈਜ਼ ਰਿਟੇਲ ਅਨਔਰਗਨਾਈਜ਼ ਰਿਟੇਲ ਨੂੰ ਅਸੀਂ ਪੰਜਾਬੀ ਵਿੱਚ ਗੈਰ ਸੰਗਠਿਤ ਪ੍ਰਚੂਨ ਵੀ ਕਹਿੰਦੇ ਹਨ unorganized retailing on the other hand refers the traditional format of low cost retailing ਜਿਵੇਂ ਕਿ ਇਹ ਉਹ ਚੀਜ਼ਾਂ ਨੇ ਜਿਸ ਵਿੱਚ ਬਹੁਤ ਹੀ ਨਿਮਨ ਦਰਜੇ ਦੀਆਂ ਪ੍ਰਚੂਨ ਸ਼ਾਮਲ ਹੁੰਦੇ ਹਨ ਜਿਵੇਂ ਕਿ ਕਰਿਆਨਾ ਸ਼ੋਪ ਓਨਰ ਮੇਡ ਬਾਈ ਜਨਰਲ ਸਟੋਰ ਕੋਈ ਵੀ ਜਨਰਲ ਸਟੋਰ ਆਪ ਆਪਣੇ ਦੁਆਰਾ ਬਣਾਇਆ ਗਿਆ ਹੁੰਦਾ ਹੈ ਕੋਈ ਵੀ ਸ਼ੋਪ ਤੁਸੀਂ ਜਿਵੇਂ ਕਿ ਚਿੱਤਰ ਵਿੱਚ ਦੇਖ ਰਹੇ ਹੋ ਕੋਈ ਵੀ ਬੰਦਾ ਕੋਈ ਵੀ ਕੰਮ ਆਪਣੀ ਮਰਜ਼ੀ ਦੇ ਅਨੁਸਾਰ ਕਰ ਸਕਦਾ ਹੈ ਜਿਵੇਂ ਕਿ ਕੋਈ ਵੀ ਕੰਮ ਕਰਨਾ ਕੋਈ ਸਾਈਕਲ 'ਤੇ ਕੰਮ ਕਰ ਸਕਦਾ ਹੈ ਕੋਈ ਆਪਣੀ ਦੁਕਾਨ ਖੋਲ੍ਹ ਸਕਦਾ ਹੈ ਉਸਨੂੰ ਉਸ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਬੰਦਿਸ਼ ਨਹੀਂ ਹੋ ਸਕਦੀ ਉਹ ਜਦੋਂ ਮਰਜ਼ੀ ਆਪਣਾ ਕੰਮ ਸ਼ੁਰੂ ਕਰ ਸਕਦਾ ਹੈ ਸੰਗਠਿਤ ਪ੍ਰਚੂਨ ਵਿੱਚ ਅਸੀਂ ਕੋਈ ਵੀ ਚੀਜ਼ ਕਿਸੇ ਵੀ ਇੱਕ ਸੰਸਥਾ ਜਿਵੇਂ ਕਿ ਬਿਗ ਬਾਜ਼ਾਰ ਮੋਲ ਸ਼ੋਪਿੰਗ ਮੋਲ ਪੈਂਟਾਲੂਮਸ ETC ਉਹਨਾਂ ਤੋਂ ਲੈ ਸਕਦੇ ਹਨ ਅਨਔਰਗਨਾਈਜ਼ ਰਿਟੇਲ ਜਿਹਨੂੰ ਕਿ ਗੈਰ ਸੰਗਠਿਤ ਪ੍ਰਚੂਨ ਕਹਿੰਦੇ ਹਾਂ ਉਹ ਅਸੀਂ ਕਿਸੇ ਵੀ ਕਰਿਆਨਾ ਸ਼ੋਪ ਤੋਂ ਜਾ ਕੇ ਖਰੀਦ ਸਕਦੇ ਹਾਂ ਜੋ ਕਿ ਉਹਦੀ ਆਪਣੀ ਬਣੀ ਹੁੰਦੀ ਹੈ ਤੁਸੀਂ ਚਿੱਤਰ ਵਿੱਚ ਦੇਖਿਆ ਹੀ ਹੋਏਗਾ ਅਨਔਰਗਨਾਈਜ਼ ਰਿਟੇਲ ਦਾ ਆਪਣੀ ਜੋ ਵੀ ਇੰਡੀਆ 'ਤੇ ਰਿਟੇਲ ਦੇ 2001 ਦੇ ਚਾਰਟ ਅਨੁਸਾਰ ਤੁਸੀਂ ਦੇਖ ਹੀ ਰਹੇ ਹੋਵੋਗੇ ਇਸ ਦਾ ਵਿਲੇਜ ਦੇ ਵਿੱਚ ਮਾਰਕੀਟ ਸ਼ੋਪ ਦੇ ਵਿੱਚ 1,33,00,00,000 ਰੁਪਏ ਦਾ ਬਿਜ਼ਨਸ ਸ਼ੁਰੂ ਕੀਤਾ ਹੈ ਔਰਗਨਾਈਜ਼ ਰਿਟੇਲ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਜਿਵੇਂ ਕਿ ਤੁਸੀਂ ਪਾਈ ਚਾਰਟ ਅਨੁਸਾਰ ਦੇਖ ਰਹੇ ਹੋ ਇਸ ਦੇ ਵਿੱਚ ਗਰੋਥ ਕਾਫੀ ਹੁੰਦੀ ਹੈ ਇੱਕੋ ਹੀ ਥਾਂ 'ਤੇ ਕੰਮ ਕਰਦੇ ਹਾਂ ਅਸੀਂ ਚੱਲਦੇ ਹਾਂ ਪਾਈ ਚਾਰਟ ਵਿੱਚ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕੁਛ ਇਗਜ਼ਾਮਪਲਾਂ ਜਿਵੇਂ ਕਿ ਤੁਸੀਂ ਰਿਟੇਲ ਦੀਆਂ ਪ੍ਰਚੂਨ ਦੀਆਂ ਮਾਰਕੀਟਿੰਗ ਲੋਗੋ ਦੇਖ ਰਹੇ ਹੋ ਜਿਵੇਂ ਕਿ ਲਾਈਫ ਸਟਾਈਲ ਹੋ ਗਿਆ ਪੈਂਟੋਲਮ ਹੋ ਗਿਆ ਡੀ ਮਾਰਟ ਹੋ ਗਏ ਸਿਨੇਮਾ ਮੈਕਸ ਹੋ ਗਏ ਰੈਮਟ ਦੀਆਂ ਸ਼ੋਪਸ ਹੋ ਗਈਆਂ ਤੁਸੀਂ ਦੇਖਿਆ ਹੋਏਗਾ ਔਰਗਨਾਈਜ਼ ਰਿਟੇਲ ਦੀਆਂ ਇਹ ਮੇਨ ਉਦਾਹਰਨਾਂ ਹਨ ਜਿਸ ਨੂੰ ਸੰਗਠਿਤ ਪ੍ਰਚੂਨ ਕਹਿੰਦੇ ਹਨ ਤੁਸੀਂ ਦੇਖਿਆ ਹੋਵੇਗਾ ਕਿ ਕਿਤੇ ਵੀ ਸਥਾਨ 'ਤੇ ਜਿਵੇਂ ਕਿ ਡੀ ਮਾਰਟ ਅਸੀਂ ਕੋਈ ਵੀ ਘਰ ਦਾ ਸਮਾਨ ਜਾਂ ਕੋਈ ਵੀ ਆਪਣੇ ਫੈਸ਼ਨ ਪੁਆਇੰਟ ਦਾ ਸਮਾਨ ਅਸੀਂ ਇਸ ਤੋਂ ਪਰਚੇਸ ਕਰ ਸਕਦੇ ਹਨ ਸਾਨੂੰ ਪਤਾ ਹੈ ਕਿ ਇਹ ਸਾਰੀਆਂ ਮਾਰਕੀਟ ਇੱਕ ਐਸੀ ਸੰਸਥਾ ਅਨੁਸਾਰ ਚੱਲਦੀਆਂ ਹਨ ਜਿੱਥੇ ਕਿ ਅਸੀਂ
ਹਰ ਜ਼ਰੂਰਤ ਘਰੇਲੂ ਸਮਾਨ ਜ਼ਰੂਰੀ ਸਮਾਨ ਅਸੀਂ ਖਰੀਦ ਸਕਦੇ ਹਾਂ। ਇੱਥੇ ਅਸੀਂ ਆਪਣੇ ਕੱਪੜਿਆਂ ਦਾ ਸਮਾਨ ਵੀ ਖਰੀਦ ਸਕਦੇ ਹਾਂ, ਉਹ ਵੀ ਇੱਕ ਰਿਫਾਇਤੀ ਮੁੱਲ ਦੇ ਅਨੁਸਾਰ। ਹੁਣ ਤੁਸੀਂ ਦੇਖਿਆ ਹੋਊਗਾ ਕਿ ਕੀ ਕੋਆਪਰੇਟਿਵ ਮਾਰਕੀਟ ਦੇ ਵਿੱਚ ਇੱਕ ਮਾਰਕੀਟ 'ਚ ਔਰਗਨਾਈਜ਼ ਯਾਨੀ ਕਿ ਸੰਸਥਾ ਦਾ ਆਪਣੇ 'ਤੇ ਕਿੰਨਾ ਕੁ ਵੱਡਾ ਪ੍ਰਭਾਵ ਹੈ, ਉਹ ਤੁਸੀਂ ਦੇਖਿਆ ਹੈ ਕਿ ਇੱਕ ਔਰੇਂਜ ਕਲਰ ਦੇ ਅਨੁਸਾਰ ਜਦੋਂ ਇੰਡੀਆ ਦੇ ਵਿੱਚ ਇਸ ਦਾ ਕੀ ਸਾਧਨ ਹੈ, 97% ਇਸ 'ਤੇ ਟ੍ਰੈਡੀਸ਼ਨਲ ਟੈਕਸ ਪੈਂਦਾ ਹੈ, ਅਤੇ ਵਾਧਾ 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 ਤੁਸੀਂ ਦੇਖੋ ਵੱਡੀਆਂ ਸ਼ਹਿਰਾਂ ਦੇ ਵਿੱਚ ਵਾਧਾ ਵਾਧਾ ਜਿਵੇਂ ਕਿ ਤੁਸੀਂ US ਦੇ ਵਿੱਚ ਦੇਖ ਰਹੇ ਹੋ 15% 'ਤੇ ਚਲੇ ਜਾਂਦਾ ਹੈ। ਉਸ ਤੋਂ ਬਾਅਦ ਕੁਛ ਉਦਾਹਰਣਾਂ ਜਿਵੇਂ ਕਿ ਪੈਂਟਾਲੂਮ, ਇੰਡੀਅਨ ਦੇ ਵਿੱਚ ਪੈਂਟਾਲੂਮ ਇੱਕ ਚੇਨ ਬਣੀ ਆਊਟਲੈਟ ਹੈ, ਜਿਵੇਂ ਕਿ ਅਸੀਂ ਉਦਾਹਰਣ ਪੜ੍ਹਦੇ ਹਾਂ ਕਿ ਇਸ ਦੇ ਵਿੱਚ ਸਰਵੇ ਜਦੋਂ ਕੀਤਾ ਗਿਆ ਉਹਨਾਂ ਨੇ ਕੀ ਦੇਖਿਆ ਕਿ ਪੈਂਟਾਲੂਮ ਦੇ ਘੱਟੋ ਘੱਟ ਸਾਰੇ ਏਰੀਏ ਦੇ ਵਿੱਚ 60 ਰੂਰਲ ਲੋਕੇਸ਼ਨਸ ਅਕਰੋਸ ਕੰਟਰੀ ਥਰੂ ਓਵਰ 15 million ਸਕੇਅਰ ਫਿੱਟ ਆਫ ਦੀ ਰਿਟੇਲ ਸਪੇਸਿਸ ਹੈ। ਇੰਪਲਾਈ ਇਹਨਾਂ ਦੇ ਵਿੱਚ ਕੰਮ ਕਰਦੇ 14,000 ਤੋਂ ਵੱਧ ਇੰਪਲਾਈ ਕਰਦੇ ਹਨ। ਇਹਨਾਂ ਦੀ ਵੈਬਸਾਈਟ ਜਿਵੇਂ ਕਿ ਤੁਸੀਂ ਦੇਖ ਰਹੇ ਹੋ pentalum.com ਹੈ, ਇਸ ਦੇ ਵਿੱਚ ਅਸੀਂ ਘਰ ਦੇ ਵਿੱਚ ਬੈਠ ਕੇ ਵੀ ਸਮਾਨ ਮੰਗਾ ਸਕਦੇ। ਕਸਟਮਰ ਲੋਇਲਟੀ ਪ੍ਰੋਗਰਾਮ ਇਹਨਾਂ ਦੇ ਵਿੱਚ ਬਹੁਤ ਚੱਲਦਾ ਹੈ, ਕੋਈ ਵੀ ਕਾਰਡ ਅਵੇਲੇਬਲ ਹੋ ਜਾਂਦਾ, ਜਿਵੇਂ ਕਿ ਪੈਂਟਾਲੂਮ 'ਚ ਆਪਾਂ ਜਾਂਦੇ ਹਾਂ ਉੱਥੇ ਉਹ ਚੀਜ਼ਾਂ ਅਵੇਲੇਬਲ ਹੋ ਜਾਂਦੀਆਂ ਹਨ, ਜਿਵੇਂ ਕਿ ਉਹ ਕਾਰਡ ਤੁਹਾਨੂੰ ਮੈਂਬਰਸ਼ਿਪ ਪ੍ਰੋਗਰਾਮ ਦੇ ਦਿੰਦੇ ਹੈ ਜਿਹਦੇ ਵਿੱਚ ਫ੍ਰੀ ਗ੍ਰੀਨ ਕਾਰਡ ਦੇ ਦਿੰਦੇ ਹੈ, ਸਟ੍ਰੈਟਜੀ ਆਫ ਦੀ ਕਸਟਮਰ ਨੂੰ ਮਿਲ ਜਾਂਦੀ ਹੈ। ਗ੍ਰੀਨ ਕਾਰਡ ਦੇ ਆਫਰ ਮਿਲਦੇ ਹਨ ਜਿਵੇਂ ਕਿ ਕੋਈ ਵੀ ਆਪਾਂ ਪਾਰਕਿੰਗ ਲਾਉਣੀ ਹੈ, ਹੋਮ ਡਰੋਪਸ ਕਰਦੇ ਹਾਂ, ਕਿਤੇ ਜਾਂਦੇ ਹਾਂ, ਸੇਲਸ ਪ੍ਰਵਿਊ ਕਰਦੇ ਹਾਂ, ਇਹ ਸਾਰੀਆਂ ਚੀਜ਼ਾਂ ਸਾਨੂੰ ਉਸ ਗ੍ਰੀਨ ਕਾਰਡ ਦੇ ਬੈਨੀਫਿਟ ਮਿਲ ਜਾਂਦਾ ਹੈ, ਆਪਾਂ ਨੂੰ ਉਸ ਚੀਜ਼ ਦੀ ਉਸ ਸੰਸਥਾ ਦੀ ਔਫਰ ਪ੍ਰੋਵਾਈਡ ਹੋ ਜਾਂਦੇ ਆ। ਉਸ ਤੋਂ ਬਾਅਦ ਸਾਨੂੰ ਡਿਸਕਾਊਂਟ ਮਿਲਦਾ, ਕੋਈ ਵੀ ਚੀਜ਼ ਆਪਾਂ ਨੂੰ ਸਸਤੇ ਜਿਵੇਂ ਕਿ 5% 'ਤੇ ਮਿਲ ਗਈ, 10% 'ਤੇ ਔਫਰ ਸਾਨੂੰ ਕੀ ਹੈ ਸਿੱਧਾ ਮੋਬਾਈਲ ਅਨੁਸਾਰ ਸਾਨੂੰ ਮੈਸੇਜ ਅਨੁਸਾਰ ਮਿਲ ਜਾਂਦਾ ਹੈ ਕਿ ਤੁਸੀਂ ਗ੍ਰੀਨ ਕਾਰਡ ਹੋ, ਤੁਸੀਂ ਇਸ ਮੈਂਬਰ ਹੋ, ਤੁਹਾਨੂੰ ਇਹ ਚੀਜ਼ 90% ਦੀ ਮਿਲੂਗੀ। ਜਿਵੇਂ ਜਿਵੇਂ ਤੁਹਾਡਾ ਸਟੇਟਸ ਵੱਧਦਾ ਜਾਏਗਾ ਉਵੇਂ ਉਵੇਂ ਉਸ ਦੀ ਵੈਲਿਊ, ਉਸਦੀ ਵੀ ਪਾਵਰ ਤੁਹਾਨੂੰ ਪਤਾ ਲੱਗਦੀ ਜਾਏਗੀ। ਉਸ ਤੋਂ ਬਾਅਦ ਤੁਸੀਂ ਦੇਖਿਆ ਹੋਏਗਾ ਕਿ ਕਦੀ ਵਿੰਟਰ ਸੇਲਸ ਕਦੀ ਸਮਰ ਸੇਲ ਲੱਗਦੀਆਂ ਹਨ, ਜਿਵੇਂ ਕਿ ਤੁਸੀਂ ਚਿੱਤਰ ਵਿੱਚ ਦੇਖ ਰਹੇ ਹੋ ਕਿ ਵਿੰਟਰ ਸੇਲ 'ਤੇ 50% ਔਫ, ਕਈ ਵਾਰੀ ਤੁਸੀਂ ਦੇਖਿਆ ਕਿ 70% ਔਫ ਚੱਲਦਾ ਰਹਿੰਦਾ, ਜਿਸ ਦੇ ਨਾਲ ਸਾਨੂੰ ਵੀ ਫਾਇਦਾ, ਨਾਲ ਨਾਲ ਉਹਨਾਂ ਨੂੰ ਜਿੱਥੇ ਕਿ ਉਹ ਸੰਸਥਾ ਖੁੱਲ੍ਹੀ ਹੋਈ ਹੈ ਉਹਨਾਂ ਨੂੰ ਵੀ ਫਾਇਦਾ। ਧੰਨਵਾਦ।